ਵਿੱਕੀ ਗੌਂਡਰ ਦਾ ਮੁਕਾਬਲਾ ਬਣਾਇਆ ਇਹਨਾਂ ਨੇ, ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਸਾਜਿਸ਼? ਵੇਖੋ ਜੀ, ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਵੀ ਜਿਹੜੇ ਗੈਂਗਸਟਰ ਨੇ ਇਹਨਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਣਾ ਵਾ ਉਹਨੂੰ ਬੜਾ ਦੁਰਬਲ ਕੀਤਾ ਸੀ। ਔਰ ਇਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਬੰਦਾ ਗਲਤੀ ਕਰੂਗਾ ਉਹ ਬਾਦਸ਼ਾਹ, ਉਹਦਾ ਨਤੀਜਾ ਇਹੋ ਹੀ ਆ। ਮੈਂ ਪੁਲਿਸ ਦੀ ਇਹ DGP ਅਰੋੜਾ ਜੀ ਉਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦੀ ਬਹਾਦਰੀ ਸ਼ਾਬਾਸ਼ ਆ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਆ ਉਹ ਦਰਦ ਨੂੰ ਸਮਝ ਲਿਆ ਹੋਇਆ, ਜਿਹੜੇ ਇਹੋ ਜਿਹੇ ਗੈਂਗਸਟਰ ਨੇ ਉਹਨਾਂ ਦੇ ਨਾਲ ਪੂਰਾ ਲੋਹਾ ਲਿਆ। ਔਰ ਮੈਂ ਇੱਕ ਵੀ ਗੱਲ ਸਮਝ ਨਹੀਂ ਚਾਹੁੰਦਾ ਕਿ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ, ਜਿਹੜੀ ਇੱਕ ਮੈਂ ਵੀ ਅਪੀਲ ਕਰਦਾ, ਖੈਰ DGP ਨੇ ਵੀ ਕੀਤੀ, ਹੋਰ ਵੀ ਪਾਰਟੀਆਂ ਦੇ ਆਗੂਆਂ ਕੀਤੀ ਆ, ਵੀ ਉਹਨਾਂ ਨੂੰ ਮੁੱਖ ਧਾਰਾ 'ਚ ਆ ਕੇ ਜਿਹੜੇ ਸਾਡੇ ਪੰਜਾਬ ਦਾ ਇਤਿਹਾਸ ਹੈ ਉਹਦੇ ਨਾਲ ਜੁੜਨਾ ਚਾਹੀਦਾ। ਕਿਉਂਕਿ ਲੋਕਾਂ ਨੂੰ ਜਿਹੜਾ ਅੱਜ ਲੋਕ ਬੜੇ ਅੱਤਵਾਦ ਦਾ ਸਮਾਂ ਆਪਣੇ ਉਹਨਾਂ ਪਿੰਡੇ 'ਤੇ ਹੰਢਾਇਆ ਸੀ ਲੋਕਾਂ ਨੇ, ਲੋਕ ਬੜੇ ਇਸ ਗੱਲ ਤੋਂ ਦੁਖੀ ਸੀ, ਪਿਛਲਾ ਦੁੱਖ ਜਿਹੜਾ ਵਾ ਉਹ ਲੋਕਾਂ ਦਾ ਜੇ ਗਿਆ ਸੀ ਭੁੱਲਿਆ ਸੀ, ਅਤੇ ਇਹ ਨਵਾਂ ਇੱਕ ਸਿਸਟਮ ਚੱਲ ਪਿਆ। ਪਰ ਮੈਂ ਸਮਝਦਾ ਹੋਰ ਵੀ ਜਿਹੜੇ ਬਾਕੀ ਗੈਂਗਸਟਰ ਨੇ ਉਹਨਾਂ ਨੂੰ ਜਿਹੜਾ ਮੁੱਖ ਧਾਰਾ 'ਚ ਆਉਣਾ ਚਾਹੀਦਾ, ਪਰ ਜੇ ਨਾ ਆਏ ਤਾਂ ਫਿਰ ਉਹਦਾ ਨਤੀਜਾ ਤੁਸੀਂ ਦੇਖਿਆ ਹੀ ਹੈ ਕੀ ਹੈ, ਵਿੱਕੀ ਵਾਂਗੂ ਇੱਦਾਂ ਨਤੀਜੇ ਨਿਕਲਣੇ ਸਾਰੇ। ਅਤੇ ਸਵਾਲ ਵੀ ਉੱਠਣੇ ਲੈ ਕੇ ਅਤੇ ਇਹ ਪੁਲਿਸ ਮੁਕਾਬਲਾ ਨਹੀਂ ਹੋਇਆ। ਦੇਖੋ ਜੀ, ਇਹਦੇ ਬਾਰੇ ਤਾਂ ਉਹ ਜਿਹੜੇ ਸਵਾਲ ਕਰਦੇ ਨੇ ਉਹ ਦੱਸ ਸਕਦੇ ਜਾਂ ਪੁਲਿਸ ਦੱਸ ਸਕਦੀ ਆ, ਪਰ ਮੈਂ ਇਸ ਬਾਰੇ ਕੋਈ ਕਹਿਣਾ ਨਹੀਂ ਚਾਹੁੰਦਾ। ਪਰ ਮੈਨੂੰ ਜਾਪਦਾ ਮੁਕਾਬਲਾ ਹੋਇਆ ਇਸ ਕਰਕੇ ਵੀ ਉੱਥੇ ਮੁਲਾਜ਼ਮ ਵੀ ਜਿਹੜੇ ਆ ਉਹ ਵੀ ਜ਼ਖਮੀ ਹੋਏ ਨੇ।